ਲੰਬਾ 7 ਫੁੱਟ ਚੌੜਾ ਬ੍ਰਾਜ਼ੀਲੀਅਨ ਗੁੱਡਾ, ਤੇ ਇਹਦੇ ਉੱਪਰ ਮੈਂ ਕਿਸਾਨਾਂ ਦੇ ਹੱਕ ਵਿੱਚ ਇੱਕ ਟਰੈਕਟਰ ਬਣਾਇਆ ਹੋਇਆ ਹੈ ਤੇ ਸਾਈਡਾਂ ਤੇ ਦੋ ਕਣਕ ਦੇ ਸਿੱਟੇ ਬਣਾਏ ਹੋਏ ਆ ਤੇ ਉੱਪਰ ਲਿਖਿਆ ਹੋਇਆ ਵੀ ਸਪੋਰਟ ਆਰ ਫਾਰਮਰਸ। ਕਿਉਂ ਬਣਾਇਆ? ਇਹ ਮੈਂ ਇਸ ਕਰਕੇ ਬਣਾਇਆ ਕਿ ਤੁਸੀਂ ਦੇਖ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਧਰਨਾ ਚੱਲਦਾ ਪਿਆ ਹੈ ਸ਼ੰਭੂ ਬਾਰਡਰ ਤੇ, ਤੇ ਉੱਥੇ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਬਣਾਇਆ ਹੋਇਆ ਹੈ। ਤੇ ਨਾਲੇ ਇਸ ਕਰਕੇ ਬਣਾਇਆ ਹੋਇਆ ਕਿਉਂਕਿ ਤੁਸੀਂ ਦੇਖਿਆ ਹੋਣਾ ਥੋੜੇ ਕੁ ਦਿਨ ਪਹਿਲਾਂ ਉੱਥੇ ਇੱਕ ਡਰੋਨ ਨੂੰ ਛੋਟੀ ਜਿਹੀ ਪਤੰਗ ਦੁਆਰਾ ਸੁੱਟਿਆ ਗਿਆ ਸੀ, ਤੇ ਇਸੇ ਕਰਕੇ ਮੈਂ ਇੱਕ ਵੱਡਾ ਗੁੱਡਾ ਤਿਆਰ ਕੀਤਾ ਹੈ ਕਿ ਜਿਵੇਂ ਛੋਟੀ ਜਿਹੀ ਪਤੰਗ ਐਡੇ ਵੱਡੇ ਡਰੋਨ ਨੂੰ ਸੁੱਟ ਸਕਦੀ, ਤੇ ਇਹ ਇੱਕ ਵੱਡਾ ਗੁੱਡਾ ਤੁਸੀਂ ਆਪੇ ਹਿਸਾਬ ਲਾਓ ਕਿੰਨੇ ਡਰੋਨਾਂ ਨੂੰ ਸੁੱਟ ਸਕਦਾ ਹੈ। ਕਿੰਨੇ ਫੁੱਟ ਚੌੜਾਈ ਲੰਬਾਈ? ਇਹ 10 ਫੁੱਟ ਲੰਬਾ ਹੈਗਾ ਜੀ ਲੰਬਾ, ਤੇ 7 ਫੁੱਟ ਹੈਗਾ ਚੌੜਾ। ਕਿੰਨਾ ਟਾਈਮ ਇਹਨੂੰ ਬਣਾਉਣ ਲੱਗੇ? ਮੈਨੂੰ ਘੱਟੋ ਘੱਟ 3 ਦਿਨ ਦਾ ਸਮਾਂ ਲੱਗ ਗਿਆ ਹੈ, ਤੇ ਨਾਲ ਇਹਨੂੰ ਬਣਾਉਣ ਵਿੱਚ ਮੇਰੇ ਛੋਟੇ ਬ੍ਰਦਰ ਗੁਰਭੇਜ ਸਿੰਘ ਨੇ ਵੀ ਹੈਲਪ ਕੀਤੀ ਹੈ। ਕੀ ਕੀ ਬਣਾਇਆ ਉੱਪਰ? ਤੇ ਇਹਦੇ ਉੱਪਰ ਮੈਂ ਬਣਾਇਆ ਹੋਇਆ ਵਾ ਇੱਕ ਟਰੈਕਟਰ, ਪੰਜਾਬ ਤਾਂ ਆਪਣੇ ਪੰਜਾਬੀ ਸੱਭਿਆਚਾਰ ਜਿਵੇਂ ਕਿ ਕਣਕ ਦੇ ਸਿੱਟੇ, ਤੇ ਉੱਪਰ ਲਿਖਿਆ ਹੋਇਆ ਵੀ ਸਪੋਰਟ ਆਰ ਫਾਰਮਰਸ। ਕਿਵੇਂ ਇੱਥੇ ਡਾਵਾਂ ਇਹਨੂੰ ਜਾਂ ਬਾਰਡਰ ਤੇ? ਇਹਨੂੰ ਆਪਾਂ ਇੱਥੇ ਡਾਵਾਂਗੇ, ਹਜੇ ਫਿਲਹਾਲ ਤਾਂ ਕੋਈ ਕਨਵੈਂਸ ਨਹੀਂ ਹੈਗੀ, ਜੇ ਹੋ ਸਕਿਆ ਤਾਂ ਆਪਾਂ ਇਹਨੂੰ ਉੱਥੇ ਬਾਰਡਰ ਤੇ ਵੀ ਲੈ ਕੇ ਜਾਵਾਂਗੇ, ਤੇ ਉੱਥੇ ਜਾ ਕੇ ਵੀ ਇਹਨੂੰ ਬਹੁਤ ਵਧੀਆ ਡਾਵਾਂਗੇ। ਇਹ ਲੜਾਈ ਜਿਹੜੀ ਹੈ ਜ਼ਮੀਨਾਂ ਵਾਲਿਆਂ ਦੀ ਹੈ ਜਾਂ ਤੁਹਾਡੀ ਕਿਹੜੀ ਜ਼ਮੀਨ ਹੈ? ਇਹ ਮੇਰੀ ਸਾਡੀ ਤਾਂ ਕੋਈ ਜ਼ਮੀਨ ਨਹੀਂ ਹੈਗੀ, ਅਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਹਾਂ, ਪਰ ਮੇਰੇ ਕੋਲ ਜ਼ਮੀਨ ਨਹੀਂ ਹੈਗੀ, ਪਰ ਜ਼ਮੀਰ ਹੈਗਾ ਹੈ, ਤੇ ਇਸੇ ਕਰਕੇ ਮੈਂ ਗੁੱਡਾ ਬਣਾਇਆ ਹੈ। ਕੀ ਅਪੀਲ ਲਾਉਣੀ ਚਾਹੁੰਦੇ ਹੋ? ਮੈਂ ਅਪੀਲ ਆਹੀ ਲਾਉਣਾ ਚਾਹਾਂਗਾ ਜਿਵੇਂ ਕਿ ਮੰਨ ਲਓ ਸਾਡੇ ਲਾਗੇ ਕੋਈ ਚੱਲਦਾ ਜਾਂ ਟਰੈਕਟਰ ਰੱਲੀ ਜਾਂਦੀ, ਕਿਉਂਕਿ ਤੁਹਾਨੂੰ ਪਤਾ ਹੈ ਐਡਾ ਵੱਡਾ ਗੁੱਡਾ ਹੈ, ਇਹਨੂੰ ਖੜਨਾ ਬਹੁਤ ਸੌਖਾ ਕੰਮ ਤਾਂ ਹੈ ਨਹੀਂ, ਇਸ ਕਰਕੇ ਇਹਨੂੰ ਉੱਥੇ ਖੜਾਂਗੇ, ਤੇ ਉੱਥੇ ਜਾ ਕੇ ਇਹਨੂੰ ਡਾਵਾਂਗੇ। ਮੈਂ ਅੱਜ ਗੁੱਡਾ ਰੈਡੀ ਕੀਤਾ ਜੇ ਇੱਕ 10 ਫੁੱਟ ਲੰਬਾ 7 ਫੁੱਟ ਚੌੜਾ ਬ੍ਰਾਜ਼ੀਲੀਅਨ ਗੁੱਡਾ, ਤੇ ਇਹਦੇ ਉੱਪਰ ਮੈਂ ਕਿਸਾਨਾਂ ਦੇ ਹੱਕ ਵਿੱਚ ਇੱਕ ਟਰੈਕਟਰ ਬਣਾਇਆ ਹੋਇਆ ਹੈ, ਤੇ ਸਾਈਡਾਂ ਤੇ ਦੋ ਕਣਕ ਦੇ ਸਿੱਟੇ ਬਣਾਏ ਹੋਏ ਆ, ਤੇ ਉੱਪਰ ਲਿਖਿਆ ਹੋਇਆ ਵੀ ਸਪੋਰਟ ਆਰ ਫਾਰਮਰਸ। ਕਿਉਂ ਬਣਾਇਆ? ਇਹ ਮੈਂ ਇਸ ਕਰਕੇ ਬਣਾਇਆ ਕਿ ਤੁਸੀਂ ਦੇਖ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਧਰਨਾ ਚੱਲਦਾ ਪਿਆ ਹੈ ਸ਼ੰਭੂ ਬਾਰਡਰ ਤੇ, ਤੇ ਉੱਥੇ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਬਣਾਇਆ ਹੋਇਆ ਹੈ। ਤੇ ਨਾਲੇ ਇਸ ਕਰਕੇ ਬਣਾਇਆ ਹੋਇਆ ਕਿਉਂਕਿ ਤੁਸੀਂ ਦੇਖਿਆ ਹੋਣਾ ਥੋੜੇ ਕੁ ਦਿਨ ਪਹਿਲਾਂ ਉੱਥੇ ਇੱਕ ਡਰੋਨ ਨੂੰ ਛੋਟੀ ਜਿਹੀ ਪਤੰਗ ਦੁਆਰਾ ਸੁੱਟਿਆ ਗਿਆ ਸੀ, ਤੇ ਇਸੇ ਕਰਕੇ ਮੈਂ ਇੱਕ ਵੱਡਾ ਗੁੱਡਾ ਤਿਆਰ ਕੀਤਾ ਹੈ ਕਿ ਜਿਵੇਂ ਛੋਟੀ ਜਿਹੀ ਪਤੰਗ ਐਡੇ ਵੱਡੇ ਡਰੋਨ ਨੂੰ ਸੁੱਟ ਸਕਦੀ, ਤੇ ਇਹ ਇੱਕ ਵੱਡਾ ਗੁੱਡਾ ਤੁਸੀਂ ਆਪੇ ਹਿਸਾਬ ਲਾਓ ਕਿੰਨੇ ਡਰੋਨਾਂ ਨੂੰ ਸੁੱਟ ਸਕਦਾ ਹੈ। ਕਿੰਨੇ ਫੁੱਟ ਚੌੜਾਈ ਲੰਬਾਈ? ਇਹ 10 ਫੁੱਟ ਲੰਬਾ ਹੈਗਾ ਜੀ ਲੰਬਾ, ਤੇ 7 ਫੁੱਟ ਹੈਗਾ ਚੌੜਾ। ਕਿੰਨਾ ਟਾਈਮ? ਇਹਨੂੰ ਬਣਾਉਣ ਲੱਗੇ ਮੈਨੂੰ ਘੱਟੋ ਘੱਟ 3 ਦਿਨ ਦਾ ਸਮਾਂ ਲੱਗ ਗਿਆ ਹੈ, ਤੇ ਨਾਲ ਇਹਨੂੰ ਬਣਾਉਣ ਵਿੱਚ ਮੇਰੇ ਛੋਟੇ ਬ੍ਰਦਰ ਗੁਰਭੇਜ ਸਿੰਘ ਨੇ ਵੀ ਹੈਲਪ ਕੀਤੀ ਹੈ। ਕੀ ਕੀ ਬਣਾਇਆ ਉੱਪਰ? ਤੇ ਇਹਦੇ ਉੱਪਰ ਮੈਂ ਬਣਾਇਆ ਹੋਇਆ ਵਾ ਇੱਕ ਟਰੈਕਟਰ, ਪੰਜਾਬ ਤਾਂ ਆਪਣੇ ਪੰਜਾਬੀ ਸੱਭਿਆਚਾਰ ਜਿਵੇਂ ਕਿ ਕਣਕ ਦੇ ਸਿੱਟੇ, ਤੇ ਉੱਪਰ ਲਿਖਿਆ ਹੋਇਆ ਵੀ ਸਪੋਰਟ ਆਰ ਫਾਰਮਰਸ। ਕਿਵੇਂ ਇੱਥੇ ਡਾਵਾਂ ਇਹਨੂੰ ਜਾਂ ਬਾਰਡਰ ਤੇ? ਇਹਨੂੰ ਆਪਾਂ ਇੱਥੇ ਡਾਵਾਂਗੇ, ਹਜੇ ਫਿਲਹਾਲ ਤਾਂ ਕੋਈ ਕਨਵੈਂਸ ਨਹੀਂ ਹੈਗੀ, ਜੇ ਹੋ ਸਕਿਆ ਤਾਂ ਆਪਾਂ ਇਹਨੂੰ ਉੱਥੇ ਬਾਰਡਰ ਤੇ ਵੀ ਲੈ ਕੇ ਜਾਵਾਂਗੇ, ਤੇ ਉੱਥੇ ਜਾ ਕੇ ਵੀ ਇਹਨੂੰ ਬਹੁਤ ਵਧੀਆ ਡਾਵਾਂਗੇ। ਇਹ ਲੜਾਈ ਜਿਹੜੀ ਹੈ ਜ਼ਮੀਨਾਂ ਵਾਲਿਆਂ ਦੀ ਹੈ ਜਾਂ ਤੁਹਾਡੀ ਕਿਹੜੀ ਜ਼ਮੀਨ ਹੈ? ਇਹ ਮੇਰੀ ਸਾਡੀ ਤਾਂ ਕੋਈ ਜ਼ਮੀਨ ਨਹੀਂ ਹੈਗੀ, ਅਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਹਾਂ, ਪਰ ਮੇਰੇ ਕੋਲ ਜ਼ਮੀਨ ਨਹੀਂ ਹੈਗੀ, ਪਰ ਜ਼ਮੀਰ ਹੈਗਾ ਹੈ, ਤੇ ਇਸੇ ਕਰਕੇ ਮੈਂ ਗੁੱਡਾ ਬਣਾਇਆ ਹੈ। ਕੀ ਅਪੀਲ ਲਾਉਣੀ ਚਾਹੁੰਦੇ ਹੋ? ਮੈਂ ਅਪੀਲ ਆਹੀ ਲਾਉਣਾ ਚਾਹਾਂਗਾ ਜਿਵੇਂ ਕਿ ਮੰਨ ਲਓ ਸਾਡੇ ਲਾਗੇ ਕੋਈ ਚੱਲਦਾ ਜਾਂ ਟਰੈਕਟਰ ਰੱਲੀ ਜਾਂਦੀ, ਕਿਉਂਕਿ ਤੁਹਾਨੂੰ ਪਤਾ ਹੈ ਐਡਾ ਵੱਡਾ ਗੁੱਡਾ ਹੈ, ਇਹਨੂੰ ਖੜਨਾ ਬਹੁਤ ਸੌਖਾ ਕੰਮ ਤਾਂ ਹੈ ਨਹੀਂ, ਇਸ ਕਰਕੇ ਇਹਨੂੰ ਉੱਥੇ ਖੜਾਂਗੇ, ਤੇ ਉੱਥੇ ਜਾ ਕੇ ਇਹਨੂੰ ਡਾਵਾਂਗੇ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।